ਬੱਚਿਆਂ ਦੇ ਲਈ ਪਰੀਆਂ ਦੀਆਂ ਦਿਲਚਸਪ ਕਹਾਣੀਆਂ, ਪੋਲੀਆਨਾ ਦੇ ਬੱਚਿਆਂ ਦੇ ਲਈ। ਸੁਨਹਿਰੇ ਵਾਲ, ਮੁਸਕਰਾਉਂਦੇ ਚਿਹਰੇ ਵਾਲੀ ਇੱਕ 10 ਸਾਲ ਦੀ ਛੋਟੀ ਬੱਚੀ ਪੋਲੀਆਨਾ ਆਪਣੇ ਆਲੇ ਦੁਆਲੇ ਖੁਸ਼ੀਆਂ ਵੰਡਦੀ ਸੀ। ਪਰ ਜਦੋਂ ਉਹ ਛੋਟੀ ਹੀ ਸੀ, ਉਸ ਦੇ ਮਾਂ ਪਿਓ ਸਵਰਗ ਸਿਧਾਰ ਗਏ ਤੇ ਉਦੋਂ ਤੋਂ ਉਹ ਇਕੱਲੀ ਸੀ। ਕੁਝ ਚਿਰ ਉਹ ਅਨਾਥ ਆਸ਼ਰਮ ਵਿੱਚ ਰਹੀ, ਫਿਰ ਕੁਝ ਚਿਰ ਬਾਅਦ ਉਸ ਦੀ ਅਮੀਰ ਚਾਚੀ ਨੇ ਉਸ ਦੀ ਦੇਖਭਾਲ ਦਾ ਜ਼ਿੰਮਾ ਲੈ ਲਿਆ। ਉਸ ਦੀ ਚਾਚੀ ਪੌਲੀ ਨੇ ਉਸ ਦੇ ਰਹਿਣ ਦਾ ਇੰਤਜ਼ਾਮ ਚਬਾਰੇ ਤੇ ਕਰ ਦਿੱਤਾ। ਇਹ ਵੇਖ ਕੇ ਕੰਮ ਵਾਲੀ ਨੈਂਸੀ ਖੁਸ਼ ਹੋ ਗਈ। ਉਮੀਦ ਹੈ ਇਹ ਛੋਟਾ ਮਹਿਮਾਨ ਚਿੜਚਿੜੀ ਪੌਲੀ ਨੂੰ ਖੁਸ਼ ਕਰਨ ਵਿੱਚ ਸਫਲ ਹੋਵੇਗਾ। ਪੋਲੀਆਨਾ ਜਦ ਘਰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸੀ। ਉਹਨੇ ਆਪਣੀ ਚਾਚੀ ਨੂੰ ਘੁੱਟ ਕੇ ਜੱਫੀ ਪਾਈ, ਪਰ ਚਾਚੀ ਇਕਦਮ ਗੰਭੀਰ ਸੀ। ਉਹ ਪੋਲੀਆਨਾ ਨੂੰ ਉਸ ਕਮਰੇ 'ਚ ਲੈ ਗਈ ਜਿੱਥੇ ਉਹਨੂੰ ਰਹਿਣਾ ਸੀ। ਪੋਲੀਆਨਾ ਇੰਨਾ ਵੱਡਾ ਤੇ ਖੁਸ਼ਹਾਲ ਘਰ ਵੇਖ ਕੇ ਹੈਰਾਨ ਰਹਿ ਗਈ। ਚਾਚੀ ਨੇ ਉਹਨੂੰ ਚਬਾਰੇ ਤੇ ਉਹਦਾ ਕਮਰਾ ਵਿਖਾਇਆ। ਇਹ ਤੇਰਾ ਕਮਰਾ ਹੈ ਤੇ ਠੀਕ 6 ਵਜੇ ਰਾਤ ਦਾ ਖਾਣਾ ਸ਼ੁਰੂ ਹੁੰਦਾ ਹੈ, ਭੁੱਲੀ ਨਾ। ਪੋਲੀਆਨਾ ਨੂੰ ਉਸਦਾ ਕਮਰਾ ਬਹੁਤ ਪਸੰਦ ਆਇਆ। ਘਰ ਦੇ ਸਾਰੇ ਕਮਰੇ ਉਸਨੇ ਵੇਖੇ, ਪਰ ਉਸਦੇ ਮਨ ਵਿੱਚ ਇੱਕ ਵਾਰ ਵੀ ਇਹ ਖਿਆਲ ਨਹੀਂ ਆਇਆ ਕਿ ਚਾਚੀ ਨੇ ਉਸਨੂੰ ਚਬਾਰੇ ਵਾਲਾ ਕਮਰਾ ਕਿਉਂ ਦਿੱਤਾ ਹੋਵੇਗਾ। ਠੀਕ 6 ਵਜੇ ਚਾਚੀ ਨੇ ਉਹਨੂੰ ਟੇਬਲ ਤੇ ਬੁਲਾਇਆ ਸੀ, ਪਰ ਪੋਲੀਆਨਾ ਹਾਲੇ ਤੱਕ ਨਹੀਂ ਆਈ ਸੀ। ਇਹ ਕੁੜੀ ਕਿੱਥੇ ਹੈ? ਮੈਂ ਜਾ ਕੇ ਉਹਨੂੰ ਬੁਲਾ ਲਿਆਵਾਂ ਮਿਸ ਪੋਲੀ। ਨਹੀਂ। ਡਿਨਰ ਤੋਂ ਬਾਅਦ ਚਾਚੀ ਉਹਦੇ ਕਮਰੇ ਵਿੱਚ ਗਈ ਤਾਂ ਵੇਖਿਆ ਕਿ ਪੋਲੀਆਨਾ ਕਮਰੇ 'ਚ ਨਹੀਂ ਸੀ। ਉਹ ਉਸੇ ਵੇਲੇ ਬਗੀਚੇ ਵਿੱਚ ਮਾਲੀ ਨੂੰ ਦੱਸਣ ਦੇ ਲਈ ਗਈ ਕਿ ਉਹ ਲਾਪਤਾ ਹੈ, ਪਰ ਮਾਲੀ ਨੇ ਛੋਟੀ ਪਹਾੜੀ ਵੱਲ ਇਸ਼ਾਰਾ ਕੀਤਾ ਕਿ ਉਹ ਉੱਥੇ ਸੀ। ਭੱਜਦੇ ਹੋਏ ਨੈਂਸੀ ਉੱਥੇ ਪਹੁੰਚੀ ਤੇ ਦੋਨਾਂ ਨੇ ਰਲ ਕੇ ਉੱਥੇ ਇੱਕ ਮਹਿਲ ਵੀ ਬਣਾਇਆ। ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਪੋਲੀਆਨਾ ਹਮੇਸ਼ਾ ਸਕਾਰਾਤਮਕ ਸੋਚ ਰੱਖਦੀ ਸੀ, ਜਿਸ ਨੂੰ ਵੇਖ ਕੇ ਨੈਂਸੀ ਹੈਰਾਨ ਹੁੰਦੀ ਸੀ। ਉਹਨੇ ਪੋਲੀਆਨਾ ਤੋਂ ਇਸ ਦਾ ਰਾਜ਼ ਪੁੱਛਿਆ। ਮੇਰੇ ਪਿਤਾ ਜੀ ਨੇ ਮੈਨੂੰ ਇਹ ਸਿਖਾਇਆ ਸੀ ਜਦ ਮੈਂ ਛੋਟੀ ਸੀ। ਇੱਕ ਬਹੁਤ ਹੀ ਮਦਦਗਾਰ ਔਰਤ ਨੇ ਸਾਨੂੰ ਵਿਸਾਖੀ ਭੇਜੀ ਸੀ। ਜਦ ਮੈਂ ਇਸ ਦੀ ਵਜ੍ਹਾ ਪੁੱਛੀ ਤਾਂ ਕਹਿਣ ਲੱਗੀ ਕਿ ਇਹ ਹਮੇਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇਗਾ ਤਾਂ ਸਾਨੂੰ ਅਹਿਸਾਸ ਹੁੰਦਾ ਰਹੇਗਾ ਕਿ ਸਾਨੂੰ ਇਸ ਦੇ ਇਸਤੇਮਾਲ ਦੀ ਲੋੜ ਨਹੀਂ ਤੇ ਅਸੀਂ ਖੁਸ਼ ਰਹਾਂਗੇ। ਤੇ ਉਸ ਦਿਨ ਤੋਂ ਬਾਅਦ ਜਦ ਵੀ ਮੈਂ ਤੇ ਮੇਰੇ ਪਿਤਾ ਜੀ ਦੁਖੀ ਮਹਿਸੂਸ ਕਰਦੇ ਹਾਂ ਤਾਂ ਉਸ ਦਿਨ ਦੇ ਬਾਰੇ ਸੋਚਦੇ ਹਾਂ। ਸ਼ਾਮ ਨੂੰ ਪੋਲੀਆਨਾ ਆਪਣੇ ਕਮਰੇ ਦੇ ਬਿਸਤਰ ਤੇ ਫੁੱਟ ਫੁੱਟ ਕੇ ਰੋ ਰਹੀ ਸੀ। ਮੇਰੇ ਪਿਤਾ ਜੀ ਸਵਰਗ ਦੂਤਾਂ ਦੇ ਨਾਲ ਰਹਿੰਦੇ ਨੇ। ਮੈਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਜੇ ਤੁਸੀਂ ਕਿਸੇ ਚਬਾਰੇ ਦੇ ਹਨੇਰੇ ਕਮਰੇ ਵਿੱਚ ਫਸੇ ਹੋ, ਇਕੱਲੇ ਬੈਠੇ ਹੋ, ਤਾਂ ਤੁਸੀਂ ਜਾ ਕੇ ਵੀ ਖੁਸ਼ ਨਹੀਂ ਹੋ ਸਕਦੇ। ਅਗਲੇ ਦਿਨ ਪੋਲੀਆਨਾ ਥੱਲੇ ਬਗੀਚੇ ਵਿੱਚ ਗਈ ਤੇ ਉਸਨੇ ਆਪਣੀ ਚਾਚੀ ਨੂੰ ਜੱਫੀ ਪਾ ਲਈ। ਚਾਚੀ, ਮੇਰੀ ਪਿਆਰੀ ਚਾਚੀ, ਮੈਂ ਬਹੁਤ ਖੁਸ਼ ਹਾਂ ਕਿ ਅੱਜ ਦਾ ਦਿਨ ਮੈਨੂੰ ਨਸੀਬ ਹੋਇਆ। ਕੀ ਅਸੀਂ ਸਤਿ ਸ਼੍ਰੀ ਅਕਾਲ ਇੰਝ ਕਹਿੰਦੇ ਹਾਂ? ਇਹ ਕਹਿ ਕੇ ਚਾਚੀ ਮੁੜ ਕੇ ਉੱਥੋਂ ਚਲੀ ਗਈ। ਦੂਰੋਂ ਉਹਨਾਂ ਨੂੰ ਵੇਖ ਰਹੇ ਮਾਲੀ ਦੀਆਂ ਅੱਖਾਂ ਭਰ ਆਈਆਂ। ਉਹ ਪੋਲੀਆਨਾ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਉਹ ਬਿਲਕੁਲ ਉਸੇ ਦੀ ਮਾਂ ਵਰਗੀ ਨਜ਼ਰ ਆਉਂਦੀ ਹੈ ਤੇ ਮਾਲੀ ਜਾਣਦਾ ਸੀ ਕਿ ਉਸਦੀ ਮਾਂ ਨੇ ਉਹਨੂੰ ਖੁਸ਼ ਕੀਤਾ ਹੈ। ਜਿਵੇਂ ਜਿਵੇਂ ਵਕਤ ਗੁਜ਼ਰਿਆ, ਪੋਲੀਆਨਾ ਦੀ ਜ਼ਿੰਦਗੀ ਉਸ ਘਰ ਵਿੱਚ ਬਿਹਤਰ ਹੁੰਦੀ ਚਲੀ ਗਈ। ਉਹ ਆਪਣਾ ਨਾਸ਼ਤਾ ਕਰਦੀ, ਉਸ ਤੋਂ ਬਾਅਦ ਚਾਚੀ ਦੇ ਨਾਲ ਆਪਣਾ ਹੋਮਵਰਕ ਕਰਦੀ, ਫਿਰ ਦੁਪਹਿਰ ਦੇ ਖਾਣੇ ਤੋਂ ਬਾਅਦ ਸ਼ਾਮੀ 6 ਵਜੇ ਤੱਕ ਉਹਦੇ ਕੋਲ ਖਾਲੀ ਸਮਾਂ ਹੁੰਦਾ ਸੀ। ਉਹ ਘਰ ਦੇ ਲਈ ਕਰਿਆਨੇ ਦੇ ਸਮਾਨ ਦੀ ਖਰੀਦਦਾਰੀ ਵੀ ਕਰ ਲੈਂਦੀ ਸੀ। ਇੱਕ ਦਿਨ ਸ਼ਹਿਰ ਵਿੱਚ ਉਸਨੇ ਇੱਕ ਆਦਮੀ ਨੂੰ ਲੰਮਾ ਕੋਟ ਤੇ ਸਿਲੰਡਰ ਵਰਗੀ ਸ਼ੇਪ ਵਾਲਾ ਹੈਟ ਪਾਏ ਵੇਖਿਆ। ਉਸਨੇ ਉਸ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸਨੂੰ ਕੀ ਕਹਿ ਰਿਹਾ ਸੀ। ਕੁਝ ਦਿਨ ਮਗਰੋਂ ਉਸਨੂੰ ਉਹ ਆਦਮੀ ਦੁਬਾਰਾ ਨਜ਼ਰ ਆਇਆ। ਉਸਨੇ ਫਿਰ ਤੋਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਵਾਰ ਉਹਨੇ ਵੀ ਇਸ ਦੇ ਨਾਲ ਗੱਲ ਕੀਤੀ। ਨੈਂਸੀ ਵੇਖ ਕੇ ਹੈਰਾਨ ਸੀ, ਕਿਉਂਕਿ ਉਹ ਆਦਮੀ, ਮਤਲਬ ਮਿਸਟਰ ਪੈਂਡਲਟਨ, ਬਹੁਤ ਅਮੀਰ ਸੀ ਤੇ ਉਹ ਇੱਕ ਵੱਡੇ ਜਿਹੇ ਘਰ ਵਿੱਚ ਰਹਿੰਦੇ ਸੀ ਤੇ ਕਦੇ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਦੂਜੇ ਦਿਨ ਪੋਲੀਆਨਾ
एक बहुत ही कमजोर कुत्ते नू अपने नाल कार ले गई। मिस पॉली ने एक बोल भी नहीं बोलिया, पर अगले दिन वो एक मुंडे नू कार ले गई तब मिस पॉली दी ओदे नाल बहस हो गई। बहुत हो गया पोलियाना, तेरे आज तक दे कीते कम्मा विच्चों इस सब तो खराब है। पहला तू रस्ते तो चक के कुत्ते बिलिया नू लियांदी रही, अज तू एक मंगते नू ही मेरे घर लैके आ गई है। मैं कोई मंगता नहीं है मैडम। ये कह के मुंडा घरों भज गया, पर पोलियाना ने उस नू रस्ते तो बचाण दी ठान लई सी। सितंबर विच पोलियाना दा स्कूल शुरू होया। छेती पोलियाना नू अपना स्कूल चंगा लगन लगा। एक दिन एक सफर दे दौरान मिस्टर पेंडलटन ने पोलियाना नू पुछा कि वो अपनी चाची और नू छड़ के उना दे नाल रवेगी। बेशक पोलियाना दे लई जवाब देना औखा सी। मिस्टर पेंडलटन ने उनू सब कुछ समझाया। जदों मैं छोटा सी तां मैनू तेरी मम्मी नाल प्यार हो गया सी। मैं उनू बहुत प्यार करदा सी, पर तेरी मम्मी ने कदे मेरे नाल प्यार नहीं कीता। फिर छेती उसने तेरे पिता नाल ब्याह कर लिया ते शहर तो दूर चली गई। उस दिन तो बाद पेंडलटन हमेशा अपने आले दुआले दी दुनिया तो खिचया रहिंदा सी, पर पोलियाना अपनी मां वर्गी दिसदी सी। इसे करके अज ओ भी दुनिया नू सकारात्मक तरीके नाल वेख पा रहे हन। इसे लई जे पोलियाना हर वेले उना दे कोल रहेगी ता उना दे कोल जीण दा मकसद होवेगा। मेरे कोल आ जा, असी कठे खुश रवांगे। तू मैनू प्यो समान मान सकदी है ते मैं तैनू ती वांग रखांगा। पर उसकी चाची ने यह नहीं विखाया सी। वो जानती सी कि वो उसनू बहुत चाहती सी ते वो अपनी चाची नू छड़ना नहीं चाहती सी। उनू समझ नहीं आ रहा सी कि ये गल मिस्टर पेंडलटन नू किवें दसे। आखिर उनू एक तरीका सुझिया। वो चाहती सी कि मिस्टर पेंडलटन जिम्मी नू नाल रख लैन। जिस बच्ची की मासी ने उसकी देखभाल करन तो मना किया सी, उनू लग्या कि इस तरह मिस्टर पेंडलटन ते जिम्मी दोवें खुश रह सकणगे ते पोलियाना भी उन्हां नू मिलन जा सकेगी। मिस्टर पेंडलटन ने उन्हां नू अगले हफ्ते नाल आउण दा सद्दा दित्ता सी। पर कुछ दिन बाद एक बहुत ही माड़ी घटना हुई। एक कार ने पोलियाना नू टक्कर मार दित्ती। हस्पताल विच अगले दिन अखां खुलण ते पोलियाना खुश हो गई कि वह जिंदा सी। वो नहीं चाहती सी कि चाची उसका साथ छड़ देवे। वो चाची दे नाल गुजारे उन्हां पलां लई खुश सी जदों चाची उसनू गुड्डो कह के बुलाउंदी सी। कुछ दिन बाद पोलियाना हस्पताल तों घर वापस आई, पर हुण वह अपने पैरां ते तुर नहीं सकती सी। जद मिस्टर पेंडलटन पोलियाना नू मिलण गए तां उन्हां ने मिस पॉली नू पोलियाना नू दित्ती गई पेशकश दे बारे दस्या कि किवें उन्हें अपनी चाची दे करके इस पेशकश लई मना कर दिता सी। ये सब सुन के मिस पॉली दा प्यार उदे लई बहुत वध गया। उसकी भतीजी खुश रहे सिर्फ इस लई उसने बिल्ली ते कुत्तियां नू उदे कमरे जाण दी इजाजत दे दित्ती। वो पोलियाना दी खुशी लई कुछ भी करन नू तैयार सी। पोलियाना दे चेकअप तो बाद डॉक्टर नू बुरी खबर देनी पई। बदकिस्मती दे नाल हुणे मुटियार कदे नहीं चल सकेगी। ओ नहीं, ਇਹ ਸੁਣ ਕੇ ਮਿਸ ਪੌਲੀ ਰੋਣ ਲੱਗੀ ਤੇ ਬੇਹੋਸ਼ ਹੋ ਗਈ। ਆਪਣੀ ਚਾਚੀ ਦੀ ਆਵਾਜ਼ ਸੁਣ ਕੇ ਪੋਲੀਆਨਾ ਜ਼ੋਰ ਜ਼ੋਰ ਕੇ ਰੋਣ ਲੱਗੀ। ਹੁਣ ਸਾਰਿਆਂ ਨੂੰ ਇਹਨਾਂ ਦੁੱਖ ਭਰੇ ਦਿਨਾਂ ਦੇ ਗੁਜ਼ਰਨ ਦਾ ਇੰਤਜ਼ਾਰ ਸੀ। ਪੋਲੀਆਨਾ ਨੇ ਜੋ ਵੀ ਉਸਨੂੰ ਮਿਲਣ ਆਉਂਦਾ ਉਹਨਾਂ ਨਾਲ ਖੁਸ਼ੀ ਦੇ ਖੇਡ ਦੇ ਬਾਰੇ 'ਚ ਦੱਸਣਾ ਸ਼ੁਰੂ ਕੀਤਾ। ਪੋਲੀਆਨਾ ਨੂੰ ਖੁਸ਼ ਦੇਖਣ ਦੇ ਲਈ ਮਿਸਟਰ ਪੈਂਡਲਟਨ ਨੇ ਜਿੰਮੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਜਦ ਪੋਲੀਆਨਾ ਨੇ ਇਹ ਖੁਸ਼ਖਬਰੀ ਸੁਣੀ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਮਿਸ ਪੌਲੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਖੁਸ਼ੀ ਦੇ ਖੇਡ ਦੇ ਬਾਰੇ 'ਚ ਬਿਲਕੁਲ ਨਹੀਂ ਜਾਣਦੀ ਸੀ। ਇੱਕ ਵਾਰ ਜਦ ਉਹ ਨੈਨਸੀ ਨਾਲ ਗੱਲ ਕਰ ਰਹੀ ਸੀ ਤਾਂ ਉਸਨੂੰ ਇਸ ਬਾਰੇ 'ਚ ਪਤਾ ਚੱਲਿਆ। ਫਿਰ ਉਹ ਛੇਤੀ ਪੋਲੀਆਨਾ ਦੇ ਕੋਲ ਗਈ। ਅੱਛਾ, ਖੁਸ਼ੀ ਦਾ ਖੇਡ, ਹੁਣ ਤੋਂ ਅਸੀਂ ਇਸ ਖੇਡ ਨੂੰ ਇਕੱਠੇ ਖੇਡਾਂਗੇ। ਵਾਹ, ਇਹ ਹੁਣ ਤੱਕ ਦੀ ਸਭ ਤੋਂ ਵਧੀਆ ਖਬਰ ਹੈ ਚਾਚੀ। ਇਸੇ ਦੌਰਾਨ ਮਿਸਟਰ ਪੈਂਡਲਟਨ ਦੇ ਡਾਕਟਰ ਪੋਲੀਆਨਾ ਨਾਲ ਮਿਲਣਾ ਚਾਹੁੰਦੇ ਸੀ, ਪਰ ਇੱਕ ਸਮੱਸਿਆ ਸੀ।
ਕਈ ਸਾਲ ਪਹਿਲਾਂ ਮਿਸ ਪੌਲੀ ਦੇ ਨਾਲ ਹੋਈ ਬਹਿਸ ਦੇ ਕਰਕੇ ਉਹ ਪਿਛਲੇ 15 ਸਾਲਾਂ ਤੋਂ ਉਹਨਾਂ ਦੇ ਘਰ ਨਹੀਂ ਗਏ ਸੀ। ਆਖਰ 'ਚ ਦੋਵੇਂ ਪਾਸਿਓਂ ਸਮਝੌਤਾ ਹੋਇਆ ਅਤੇ ਉਹ ਉਸਨੂੰ ਸ਼ਹਿਰ ਤੋਂ ਬਾਹਰ ਇੱਕ ਹਸਪਤਾਲ ਵਿੱਚ ਲੈ ਗਏ। ਮਿਸਟਰ ਪੈਂਡਲਟਨ ਦੇ ਡਾਕਟਰ ਨੇ ਪੌਲੀਆਨਾ ਦਾ ਚੈੱਕਅਪ ਕੀਤਾ ਤੇ ਉਮੀਦ ਜਤਾਈ। ਕੁਝ ਮਹੀਨੇ ਬੀਤ ਚੁੱਕੇ ਸੀ, ਮਿਸ ਪੌਲੀ ਦੀ ਇੱਕ ਚਿੱਠੀ ਪੌਲੀਆਨਾ ਨੂੰ ਮਿਲੀ। ਮੇਰੀ ਪਿਆਰੀ ਚਾਚੀ, ਮੇਰੇ ਕੋਲ ਇੱਕ ਖੁਸ਼ਖਬਰੀ ਹੈ। ਮੈਨੂੰ ਇਲਾਜ ਤੋਂ ਫਾਇਦਾ ਹੋਇਆ ਹੈ ਤੇ ਆਖਰ ਹੁਣ ਮੈਂ ਤੁਰ ਸਕਦੀ ਹਾਂ। ਡਾਕਟਰ ਕਹਿ ਰਹੇ ਨੇ ਕਿ ਮੈਂ ਛੇਤੀ ਘਰ ਜਾ ਸਕਦੀ ਹਾਂ। ਕਾਸ਼ ਮੈਂ ਹੋਰ ਛੇਤੀ ਤੁਰ ਸਕਦੀ। ਅੱਜ ਮੈਂ ਬਹੁਤ ਖੁਸ਼ ਹਾਂ। ਹਰ ਚੀਜ਼ ਹੁਣ ਮੈਨੂੰ ਖੁਸ਼ ਕਰਦੀ ਹੈ। ਮੈਨੂੰ ਤਾਂ ਇਸ ਵਿੱਚ ਵੀ ਖੁਸ਼ੀ ਹੈ ਕਿ ਮੈਂ ਕੁਝ ਸਮੇਂ ਤੱਕ ਚੱਲ ਨਹੀਂ ਸਕੀ, ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਮੈਂ ਉਹਨਾਂ ਦੀ ਇੰਨੀ ਸ਼ੁਕਰਗੁਜ਼ਾਰ ਨਾ ਹੁੰਦੀ ਜਿੰਨੀ ਅੱਜ ਹਾਂ। ਛੇਤੀ ਤੁਹਾਨੂੰ ਮਿਲਣ ਦੀ ਉਮੀਦ ਵਿੱਚ। ਬਹੁਤ ਸਾਰਾ ਪਿਆਰ, ਪੌਲੀਆਨਾ।